ਹਾਂਜੀ ਵੈਲਕਮ ਟੂ ਲਾਂਚਪੈਡ ਐਜੂਕੇਸ਼ਨ ਪੰਜਾਬ ਆਲ ਆਫ ਯੂ ਸਵਾਗਤ ਹੈ ਜੀ ਲਾਂਚਪੈਡ ਐਜੂਕੇਸ਼ਨ ਪੰਜਾਬ ਤੇ ਤੁਹਾਡਾ ਸਾਰਿਆਂ ਦਾ ਸੋ ਪੰਜਾਬ ਸਿਵਲ ਸਰਵਿਸਿਜ਼ ਬਾਰੇ ਬਹੁਤ ਜ਼ਿਆਦਾ ਕਯੂਰੀਓਸਿਟੀ ਹੈ ਕਦੋਂ ਆਏਗਾ ਬਹੁਤ ਜਲਦ ਇਹਦੇ ਰਿਲੇਟਿਡ ਵੀ ਤੁਹਾਡੇ ਨਾਲ ਇੱਕ ਬੜੀ ਅੱਛੀ ਇਨਫੋਰਮੇਸ਼ਨ ਇੱਕ ਅੱਛੀ ਨਿਊਜ਼ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਜਿਹੜੀ ਡਿਫਰੈਂਟ ਸੋਰਸਸ ਤੋਂ ਸੇਮ ਨਿਊਜ਼ ਆ ਰਹੀ ਹੈ ਰਾਈਟ ਵੀਲ ਸ਼ੇਅਰ ਦੈਟ ਨਿਊਜ਼ ਵੈਰੀ ਸੂਨ ਅੱਜਿਆ ਕੱਲ ਦੇ ਵਿੱਚ ਤੁਹਾਨੂੰ ਉਹ ਵੀ ਅਸੀਂ ਵੀਡੀਓ ਪਾ ਕੇ ਸ਼ੇਅਰ ਕਰ ਦੇਾਂਗੇ ਨਾਓ Uh, a lot of students they have started preparation for punjab civil services already kyunki 2 saal to zyada da time ho chuka hai and inna gap ghat hi penda hai punjab civil services de vich har saal ta ye aanda ni assi orientation video de zariye kafi mahine pehle tuhanu bahut zyada kuch brief karta si regarding book list regarding strategy ki honi chahiye cut off kinni honi chahiye ਉਸ ਵੀਡੀਓ ਬਾਰੇ ਵੀ ਮੈਂ ਤੁਹਾਨੂੰ ਇਨਫੋਰਮ ਕਰ ਦਿਆਂਗਾ ਤਾਂ ਕਿ ਤੁਸੀਂ ਆਫਟਰ ਬੁੱਕ ਲਿਸਟ 'ਚ ਤੁਹਾਨੂੰ ਲੋਡ ਮਹਿਸੂਸ ਹੁੰਦੀ ਹੈ ਉਸ ਵੀਡੀਓ ਦੀ ਉਹ ਵੀ ਦੇਖ ਕੇ ਤੁਸੀਂ ਆਪਣੀ ਤਿਆਰੀ ਸਟਾਰਟ ਕਰੋ ਤੁਸੀਂ ਕਿਦੇ ਕਿਸੇ ਦੇ ਗਾਈਡੈਂਸ ਦੇ ਨਾਲ ਤਿਆਰੀ ਸਟਾਰਟ ਕਰਨੀ ਹੈ ਜਾਂ ਆਪਣੇ ਆਪ ਤਿਆਰੀ ਸਟਾਰਟ ਕਰਨੀ ਹੈ 셀ਫ ਸਟੱਡੀ ਦੇ ਥਰੂ ਬਟ ਪ੍ਰੈਪਰੇਸ਼ਨ ਨੂੰ ਸਟਾਰਟ ਕਰ ਦਿਓ ਰਿਪੀਟਿਡਲੀ ਮੈਂ ਤੁਹਾਨੂੰ ਇਹ ਵਰਨਿੰਗ ਦੇ ਰਿਹਾ ਕਿ ਜੇ ਤੁਸੀਂ ਹੁਣ ਵੀ ਪ੍ਰੈਪਰੇਸ਼ਨ ਸਟਾਰਟ ਨਹੀਂ ਕੀਤੀ ਐਂਡ ਜੋ ਨਿਊਜ਼ ਆ ਰਹੀ ਹੈ ਜੋ ਸਹੀ ਹੋਈ ਤੁਹਾਡਾ ਇਹ ਵਾਲਾ ਪੀਸੀਐਸ ਬਹੁਤ ਇੰਪੋਸੀਬਲ ਹੋ ਜਾਏਗਾ ਕ੍ਰੈਕ ਕਰਨਾ ਸੋ ਮੇਕ ਸ਼ੋਰ ਤੁਸੀਂ ਆਪਣੇ ਆਪ ਕਰਨੀ ਹੈ ਇਹ ਜਿੱਦਾਂ ਮਰਜ਼ੀ ਕਰਨੀ ਹੈ ਕਿਉਂਕਿ ਬੁੱਕ ਲਿਸਟ ਇੱਥੇ ਵੀ ਹੈ ਪਹਿਲੇ ਵੀਡੀਓ ਦੇ ਵਿੱਚ ਵੀ ਹੈ ਯੂ ਨੋ ਦਾ ਬੁక్స్ స్టార్ਟ ਰੀਡਿੰਗ ரைਟ ਜੀ ਗਾਈਡੈਂਸ ਦੀ ਲੋੜ ਮਹਿਸੂਸ ਹੁੰਦੀ ਹੈ ਬੈਚਸ ਆਰ ਸਟਾਰਟਿੰਗ ਐਂਡ ਆਫਲਾਈਨ ਜਿਹੜੇ ਬੈਚਸ ਨੇ ਉਹਨਾਂ ਬਾਰੇ ਬਹੁਤ ਇੱਕ ਇੰਪੋਰਟੈਂਟ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਦਵਾਂ ਥੈਟ ਆਫਲਾਈਨ ਬੈਚਸ ਦੇ ਵਿੱਚ ਸੀਟਸ ਲਿਮਟਿਡ ਹੁੰਦੀਆਂ ਨੇ ਅਨ ਜਦੋਂ ਡੇਢ ਕ ਸਾਲ ਦਾ ਡਿਫਰੈਂਸ ਹੋ ਜਾਂਦਾ ਹੈ ਬਹੁਤ ਸਾਰੇ ਬੱਚੇ ਪੰਜਾਬ ਸਿਵਲ ਸਰਵਿਸਿਜ਼ ਹੀ ਤਿਆਰੀ ਸਟਾਰਟ ਕਰ ਦਿੰਦੇ ਨੇ ਸੋ ਸਟੂਡੈਂਟਸ ਆਰ ਪ੍ਰੀਪੇਅਰਿੰਗ ਫॉर ਪੰਜਾਬ ਸਿਵਲ ਸਰਵਿਸਿਜ਼ ਆਲਰੇਡੀ ਸੀਟਸ ਆਰ ਫਿਲਿੰਗ ਅਪ ਫॉर द ਆਫਲਾਈਨ ਆਫਲਾਈਨ ਦੀ ਲਿਮਿਟ ਹੁੰਦੀ ਹੈ ਆਨਲਾਈਨ ਦੀ ਚਲੋ ਵੀ ਕੈਨ ਸਟਿਲ ਟੇਕ ਸਟੂਡੈਂਟਸ ਬਟ ਉਹਦੇ ਵਿੱਚ ਵੀ ਅਸੀਂ ਆਨਲਾਈਨ ਦੇ ਵਿੱਚ ਵੀ ਇੱਕ ਲਿਮਿਟ ਲਗਾਣੇ ਆ ਕਿਉਂਕਿ ਅਨਸਰ ਰਾਈਟਿੰਗ ਵਗੈਰਾ ਵਾਸਤੇ ਪਰਸਨਲ ਅਟੈਂਸ਼ਨ ਇੱਕ ਬਹੁਤ ਜ਼ਰੂਰੀ ਚੀਜ਼ ਬਣ ਜਾਂਦੀ ਹੈ ਇਹ ਐਮਸੀਕਿਊਜ਼ ਪੇਪਰ ਬੇਸਡ ਪੇਪਰ ਨਹੀਂ ਹੈ ਇੱਕ ਬੜਾ ਹੀ ਇੰਪੋਰਟੈਂਟ राइट सो फॉर दैट इफ यू वांट टू टेक क्विक एक्शन टू सी फ्री डेमो क्लासेस जे तुसी फ्री डेमो क्लासेस देखण वास्ते जल्दी एक्शन ਲੈਣਾ ਚਾਹਦੇ ਹੋ ਤੁਸੀਂ ਕੀ ਕਰਨਾ ਹੈ ਫ੍ਰੀ ਡੈਮੋ ਕਲਾਸਸ ਵਾਸਤੇ ਇਹਨਾਂ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਤੁਸੀਂ ਜੇ ਚੈਨਲ ਦੇ ਉੱਤੇ ਕਲਾਸਸ ਦੇਖ ਰਹੇ ਹੋ ਯੂ ਆਰ ਵੈਰੀ ਸੈਟੀਸਫਾਈਡ ਯੂ ਜਸਟ ਵਾਂਟ ਟੂ ਕਿਕਸਟਾਰਟ ਯੋਰ ਪ੍ਰੈਪਰੇਸ਼ਨ ਵੀ ਫਟਾਫਟ ਮੈਂ ਤਿਆਰੀ ਸਟਾਰਟ ਕਰਾਂ ਤਾਂ ਸਾਡੀ ਵੈਬਸਾਈਟ ਦੇ ਉੱਤੇ ਜਾਣਾ ਐਂਡ ਉੱਥੇ ਜਾ ਕੇ ਤੁਸੀਂ ਐਲਪੀ ਸੁਮੇਤ 10 ਕੋਡ ਦਾ ਇਸਤੇਮਾਲ ਕਰਕੇ 10% ਡਿਸਕਾਊਂਟ ਰਹਿਣਾ ਹੈ ਐਂਡ ਬਹੁਤ ਹੀ ਅਫੋਰਡੇਬਲ ਪ੍ਰਾਈਸਸ ਦੇ ਉੱਤੇ ਜਿਹੜਾ ਸ਼ਾਇਦ ਹੀ ਤੁਹਾਨੂੰ ਇਸ ਕੁਆਲਿਟੀ ਦੇ ਉੱਤੇ ਪੰਜਾਬ ਦੇ ਵਿੱਚ ਕਿਤੇ ਮਿਲਦਾ ਹੋਵੇਗਾ ਯੂ ਕੈਨ ਸਟਾਰਟ ਯੂਰ ਪ੍ਰੈਪਰੇਸ਼ਨ ਫਾਰ ਪੰਜਾਬ ਸਿਵਲ ਸਰਵਿਸਿਜ਼ ਰਾਈਟ ਆ ਸੋ ਸਟਾਰਟ ਕਰਦੇ ਆਂ ਜੀ ਅੱਜ ਦੀ ਡਿਸਕਸ਼ਨ ਸਭ ਤੋਂ ਪਹਿਲੇ ਤਾਂ ਦੇਖੋ ਤੁਹਾਨੂੰ ਐਗਜ਼ਾਮ ਦੇ ਬਾਰੇ ਜੇ ਤੁਸੀਂ ਤਿਆਰੀ ਸਟਾਰਟ ਕਰਨੀ ਹੈ ਤੁਹਾਨੂੰ ਡਿਟੇਲਡ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਪੈਟਰਨ ਕੀ ਹੁੰਦਾ ਹੈ ਸਿਲੇਬਸ ਕੀ ਹੁੰਦਾ ਹੈ ਸਿਲੇਬਸ ਕਿਹੜੇ-ਕਿਹੜੇ ਪੁਆਇੰਟ ਜਿਹੜਾ ਹੈ ਸਿਲੇਬਸ ਦਾ ਉਹ ਕਿੱਥੋਂ ਕਵਰ ਹੋਣਾ ਹੈ ਕਿਹੜਾ ਸਬਜੈਕਟ ਪ੍ਰੀਲਿੰਗਸ ਦੇ ਵਿੱਚ ਆਣਾ ਹੈ ਸਿਰਫ ਕਿਹੜਾ ਮੇਨਸ ਦੇ ਵਿੱਚ ਆਣਾ ਹੈ ਕਿਹੜਾ ਦੋਮਾਂ ਦੇ ਵਿੱਚ ਆਣਾ ਹੈ ਇੰਟਰਵਿਊ ਦੇ ਵਿੱਚ ਕੀ ਹੁੰਦਾ ਹੈ ਆਨਸਰ ਰਾਈਟਿੰਗ ਵਾਸਤੇ ਬੇਸਿਕ ਟਿਪਸ ਐਂਡ ਟ੍ਰਿਕਸ ਕੀ ਨੇ ਆਨਸਰ ਰਾਈਟਿੰਗ ਤੁਸੀਂ ਸਟਾਰਟ ਕਰੋਗੇ ਗਲਤੀਆਂ ਕਰੋਗੇ ਕੋਈ ਤੁਹਾਡੇ ਨਾਲ ਬੈਠ ਕੇ ਸੁਧਾਰੇਗਾ ਵੀ ਇਹ ਗਲਤੀ ਹੈ ਇਦਾਂ ਸਹੀ ਕਰਨਾ ਸਲੋਲੀ ਤੁਸੀਂ ਇੰਪਰੂਵ ਕਰੋਗੇ ਇੱਕ ਲੰਬਾ ਲੌਂਗ ਟਰਮ ਮੀਡੀਅਮ ਟਰਮ ਪ੍ਰੋਸੈਸ ਹੈ ਸ਼ਾਰਟ ਟਰਮ ਪੇਪਰ ਨਹੀਂ ਹੈ ਇਸ ਗੱਲ ਨੂੰ ਆਪਾਂ ਧਿਆਨ ਦੇ ਵਿੱਚ ਹਮੇਸ਼ਾ ਰੱਖਣਾ ਹੈ ਬਿਕੋਜ਼ ਆਨਸਰ ਰਾਈਟਿੰਗ 에ਸੇ ਰਾਈਟਿੰਗ ਇੱਕਦਮ ਡਿਵੈਲਪ ਨਹੀਂ ਹੋ ਜਾਂਦੇ राइट फेर ਪਿਛਲੇ 12 13 ਮਹੀਨੇ ਦੇ ਮਿਨੀਮਮ ਕਰੰਟ ਅਫੇਅਰਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਐਂਡ ਇਥੇ ਉਹ ਵਾਲੇ ਕਰੰਟ ਅਫੇਅਰਸ ਨਹੀਂ ਹੈ ਜੀ ਹੂ ਇਜ਼ ਅਪੋਇੰਟਡ ਐਂਡ ਐਸ ਯੂ نو ਪੁਲਿਸ ਕਮਿਸ਼ਨਰ ਆਫ ਦਿੱਲੀ ਹੂ ਹੈਜ਼ ਬੀਨ ਅਪੋਇੰਟਡ ਐਸ ਇੰਡੀਅਨ ਆਰਮੀ ਦਾ ચીਫ ਇਥੇ ਉਹ ਵਾਲੇ ਕਰੰਟ ਅਫੇਅਰਸ ਬਿਲਕੁਲ ਨਹੀਂ ਹੈ ਇਥੇ ਇਹ ਕਰੰਟ ਅਫੇਅਰਸ ਨੇ ਵੀ ਜਿਹੜੀ ਗਲੋਬਲ ਇਕਨੋਮੀ ਦੇ ਵਿੱਚ ਰੈਸੈਸ਼ਨ ਆਇਆ ਹੋਇਆ ਉਹਦੇ ਵਾਸਤੇ ਪ੍ਰਪੇਅਰਡ ਹੋਣ ਵਾਸਤੇ ਇੰਡੀਅਨ ਇਕਨੋਮੀ ਨੂੰ ਕੀ ਸਟੈਪਸ ਲੈਣੇ ਚਾਹੀਦੇ ਨੇ ਇਥੇ ਇਹ ਕਵੈਸ਼ਨਸ ਆਣਗੇ ਵੀ ਜਿਹੜਾ ਸੀਓਪੀ ਹੋ ਰਿਹਾ ਹੈ ਕਾਨਫਰੰਸ ਆਫ ਪਾਰਟੀ ਹੋ ਰਿਹਾ ਹੈ ਉਹਦੇ ਵਿੱਚ ਜਿਹੜੀ ਕਮਿਟਮੈਂਟਸ ਡਿਫਰੈਂਟ ਕੰਟਰੀਜ਼ ਦੇ ਕੇ ਆਂਦ ਗਿਆ ਨੇ ਉਹ ਕੀ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਫ ਨਾਟ ਵਾਈ ਤੇ ਕੀ ਕਰਨਾ ਚਾਹੀਦਾ ரைਟ ਸੋ ਇਹਦੇ ਵਾਸਤੇ ਇਨ ਡੈਪਥ ਅੰਡਰਸਟੈਂਡਿੰਗ ਦੀ ਲੋੜ ਹੁੰਦੀ ਹੈ ਫਰਸਟ ਸਟੈਪ ਜਿਹੜਾ ਹੈ ਉਹ ਹੈ ਕਿ ਅਸੀਂ ਐਗਜ਼ਾਮ ਨੂੰ ਸਮਝੀਏ ரைਟ ਐਗਜ਼ਾਮ ਨੂੰ ਸਮਝੀਏ ਏ ਕਲਾਸ ਟੀਡੀ ਹੈ ਕਿਹੜੀ ਕਲਾਸ ਏ ਵਾਲੀ ਕਲਾਸ ਜਿਹੜੀ ਹੁਣੇ ਆਈ ਸੀ ਦਿਸ ਇਜ਼ ਅ ਕਲਾਸ ਜਿਹਦੇ ਵਿੱਚ ਤੁਸੀਂ ਜੋ ਕੁਝ ਤੁਹਾਨੂੰ ਐਗਜ਼ਾਮ ਵਾਸਤੇ ਚਾਹੀਦਾ ਹੈ ਤੁਸੀਂ ਸਾਰਾ ਕੁਝ ਸਮਝ ਲੋਗੇ ਤੁਸੀਂ ਸਰਚ ਕਰਨਾ ਹੈ ਪੰਜਾਬ ਪੀਸੀਐਸ ਜਾਂ ਪੰਜਾਬ ਸਿਵਲ ਸਰਵਿਸਿਜ਼ ਓਰੀਐਂਟੇਸ਼ਨ ਕਲਾਸ ਲਾਂਚ ਪੈਡ ਇਹ ਪੂਰੀ ਲਾਈਨ ਤੁਸੀਂ YouTube ਤੇ ਲਿਖੋਗੇ ਤੁਹਾਨੂੰ ਇਹ ਵੀਡੀਓ ਮਿਲ ਜਾਈਗੀ ਐਂਡ ਤੁਸੀਂ ਇੱਥੇ ਕਟ-ਆਫ ਤੋਂ ਲੈ ਕੇ ਸਿਲੇਬਸ ਤੋਂ ਲੈ ਕੇ ਸਾਰਾ ਕੁਝ ਜਾਣੋ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਬੁੱਕ ਲਿਸਟ ਰਾਈਟ ਇਹ ਕੁਝ ਵੀਡੀਓਜ਼ ਆਲਰੇਡੀ ਸਾਡੇ ਚੈਨਲ ਦੇ ਉੱਤੇ ਅਵੇਲੇਬਲ ਨੇ ਸਚਿਨ ਪਾਠਕ ਐਂਡ ਕਰਨ ਸ਼ਰਮਾ ਐਂਡ ਇਹ ਸਾਡੇ ਚੈਨਲ ਦੇ ਉੱਤੇ ਇੰਟਰਵਿਊ ਜਦੋਂ ਇਹਨਾਂ ਦੇ ਰਿਜ਼ਲਟ ਆਏ ਸੀ ਲਾਸਟ ਪੀਸੀਐਸ ਦੇ ਵਿੱਚ ਉਸ ਟਾਈਮ ਦੀ ਇਹ ਵੀਡੀਓਜ਼ ਨੇ ਇਹਨਾਂ ਨੇ ਆਪਣੀ ਸਾਰੀ ਸਟ੍ਰੈਟਜੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਕਰਨ ਇਜ਼ ਅ ਡੀਐਸਪੀ ਉਸ ਤੋਂ ਬਾਅਦ ਰੀਸੈਂਟਲੀ ਕਰਨ ਕੇਮ ਬੈਕ ਟੂ ਦਾ ਇੰਸਟੀਚੂਟ ਟੂ ਸ਼ੇਅਰ ਹਿਸ ਸਟ੍ਰੈਟਜੀ ਵਿਦ ਯੂ ਰਾਈਟ ਦੁਬਾਰਾ ਉਹ ਸਾਰੀ ਇੱਕ ਬੜੀ ਡਿਟੇਲ ਲੰਬੀ ਵੀਡੀਓ ਹੈ ਉਹ ਵੀ ਚੈਨਲ ਦੇ ਉੱਤੇ ਅਵੇਲੇਬਲ ਹੈ ਐਂਡ ਦਿਸ ਇੰਟਰਵਿਊ ਆਲਸੋ ਇਜ਼ ਵੈਰੀ ਡਿਟੇਲਡ ਅਵੇਲੇਬਲ ਔਨ ਆਰ ਚੈਨਲ ਸੋ ਇਹ ਦੋਵੇਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਐਂਡ ਸਚਿਨ 3rd rank PCS ਦੇ ਵਿੱਚ ਹੀ ਕ੍ਰੀਏਟਡ ਅ ਡਿਫਰੈਂਟ ਵੀਡੀਓ ਜਸਟ ਟੂ ਸ਼ੇਅਰ ਹਿਸ ਸਟ੍ਰੈਟਜੀ ਰਾਈਟ ਤੋ ਇਹ ਕੁਝ ਟਾਪ ਸਰਵਿਸਸੇਸ ਨੇ ਜਿਹੜੀਆਂ ਇਹਨਾਂ ਕੋਲ ਗਈਆਂ ਨੇ ਇਸ ਤੋਂ ਇਲਾਵਾ ਵੀ ਸਰਵਿਸਸ ਹੁੰਦੀਆਂ ਨੇ ਸਟ੍ਰੈਟਜੀ ਦੀ ਗੱਲ ਕਰ ਲਈਏ ਉਹਦੇ ਵਿੱਚ ਬੁੱਕਸ ਕਿੱਥੇ ਤੇ ਕੀ ਰੋਲ ਪਲੇ ਕਰਦੀਆਂ ਨੇ ਸਭ ਤੋਂ ਪਹਿਲੇ NCERTs ਦਾ ਇਹ ਰੋਲ ਹੈ ਜੀ ਫਿਰ ਜਿਹੜੀ ਇੱਥੇ ਅਸੀਂ ਲੈਵਲ 1 ਬੁੱਕਸ ਲਿਖੀਆਂ ਹੋਈਆਂ ਨੇ ਇਹ ਸਾਡੀ ਸਟ੍ਰੈਟਜੀ ਹੈ ਬੇਸਿਕਲੀ ਡਿਫਰੈਂਟ ਇੰਸਟੀਟਿਊਟਸ ਦੀ ਡਿਫਰੈਂਟ ਹੋਏਗੀ ਰਾਈਟ ਇਟ ਇਜ਼ ਵਨ ਆਫ ਦਾ ਡਿਫਰੈਂਟ ਆਪਸ਼ਨਸ राइट एदा नीया ਵੀ ਇਹੀ ਇਕਲੌਤੀ ਸਟ੍ਰੈਟਜੀ ਹੈ राइट ਸੋ ਪਹਿਲਾ ਸਟੈਪ ਜਿਹੜਾ ਜੀ ਉਹ ਤਾਂ NCERT ਬੁੱਕਸ ਨੇ 6 ਤੋਂ 12th ਹੁੰਦੀਆਂ ਨੇ ਲੇਕਿਨ ਇਹ ਸਾਰੀਆਂ ਨਹੀਂ ਪੜ੍ਹਨੀਆਂ ਹੁੰਦੀਆਂ ਆਈ ਵਿਲ ਸ਼ੋ ਯੂ ਜੇ ਸਾਰੀਆਂ ਦੀ ਲਿਸਟ ਤੁਹਾਨੂੰ ਦੇ ਦਿੱਤੀ ਜਾਵੇ ਉਹ ਇਸ ਤੋਂ ਵੀ ਵੱਡੀ ਹੈ ਜਿੰਨੀ ਅਸੀਂ ਇੱਥੇ ਦੇਖਾਂਗੇ ਠੀਕ ਹੈ ਜੀ ਲੈਵਲ 1 ਬੁੱਕਸ ਜਿਹੜੀਆਂ ਨੇ ਉਹ ਸਟੈਂਡਰਡ ਬੁੱਕਸ ਨੇ ਜੇ ਕੋਈ ਬੱਚਾ ਆਪਣੀ ਗ੍ਰੈਜੂਏਸ਼ਨ ਦੇ ਦੌਰਾਨ ਤਿਆਰੀ ਸਟਾਰਟ ਕਰ ਦਵੇ ਜਾਂ ਫਿਰ ਬਹੁਤ ਜਲਦੀ ਤਿਆਰੀ ਸਟਾਰਟ ਕਰ ਦਵੇ ਤੇ ਟਾਈਮ ਹੈ ਆਪਣੀ ਤਿਆਰੀ ਨੂੰ ਇੰਪਰੂਵ ਕਰਨ ਵਾਸਤੇ ਵੀ ਕੁਝ ਬੁੱਕਸ ਹੋ ਸਕਦੀਆਂ ਨੇ ਇਹਦੀ ਗੱਲ ਅਸੀਂ ਹੁਣ ਨਹੀਂ ਕਰਾਂਗੇ ਕਿਉਂ ਨਹੀਂ ਕਰਾਂਗੇ ਕਿਉਂਕਿ ਪੀਸੀਐਸ ਬਹੁਤ ਜਲਦ ਆਉਣ ਵਾਲਾ ਹੈ ரைਟ ਇਦਾਂ ਦੀ ਡਿਫਰੈਂਟ ਸੋਰਸਸ ਤੋਂ ਨਿਊਜ਼ ਆ ਰਹੀ ਹੈ ਕਿ ਪੀਸੀਐਸ ਬਹੁਤ ਜਲਦ ਆਉਣ ਵਾਲਾ ਹੈ ਸੋ ਇਹ ਦੋ ਚੀਜ਼ਾਂ ਐਗਜ਼ਾਮ ਨੂੰ ਕ੍ਰੈਕ ਕਰਨ ਵਾਸਤੇ ਸਫੀਸ਼ੀਐਂਟ ਨੇ ਲੇਕਿਨ ਇਹਦੇ ਨਾਲ بار بار ਰਿਵੀਜ਼ਨ ਕਿਉਂਕਿ ਜਿਹੜਾ ਤੁਹਾਡਾ ਕੰਪੀਟੀਸ਼ਨ ਹੈ ਨਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਤੁਹਾਡਾ ਕੰਪੀਟੀਸ਼ਨ ਹੈ ਕੌਣ ਜਿਹੜਾ ਬੱਚਾ ਆਈਐਸ ਦੇ ਐਗਜ਼ਾਮ ਦਾ ਮੇਨਸ ਜਾਂ ਫਿਰ ਇੰਟਰਵਿਊ ਲੁਕ अपेयर कर चुका है ही इज ऑलसो गोइंग टू कम उन्हें भी आके इत पेपर देना ठीक है।, है जी एंडी कंपीट करना सो so वो जोड़े बच्चे होंगे ने मिनीम तीन तीन चार चार बार किताबा पढ़ के बैठे होंगे ने लक्ष्मीक स्पैक्ट्रम अं डिस्कस करा बुक्स भी सो रिविजन एंड बार बार टैसटिंग इज वेरी इंपॉर्टेंट खासकर आंसर राइटिंग वाली स्टेज की टैसटिंग नॉट ओनली प्रिलिम स्टेज की टैसटिंग ठीक है जी ਤਿੰਨ ਸਟੂਡੈਂਟ ਅਪਰੇਜ਼ਲ ਇਹ ਥਿਸ ਇਜ਼ ਆਰ ਸਟ੍ਰੈਟਜੀ ਵੀ ਜਿਹੜੇ ਸਟੂਡੈਂਟਸ ਨੇ ਹਰ ਇੱਕ ਸਟੂਡੈਂਟ ਦੀ ਆਪਣੀ ਆਪਣੀ ਵੀਕਨੈਸ ਹੈ ਉਹਦਾ ਅਪਰੇਜ਼ਲ ਹੋਏਗਾ ਤੇ ਉਹਦੇ ਮਾਰਕਸ ਕਿੱਦਾਂ ਮੈਕਸਿਮਾਈਜ਼ ਹੋ ਸਕਦੇ ਹੈ ਵੀ ਸਿਟ ਹੇਅਰ ਐਂਡ ਡਿਸਕਸ ਔਰ ਇਟਸ ਇਹ ਕੁਝ ਐਨਸੀਆਰਟੀ ਬੁਕਸ ਨੇ ਜੀ ਇਹ ਸਕੂਲ ਬੁਕਸ ਹੁੰਦੀਆਂ ਨੇ ਮੋਸਟ ਸੀਬੀਐਸਈ ਸਕੂਲਸ ਫਾਲੋ ਥੀਸ ਬੁਕਸ ਐਂਡ ਇਹ ਤਿਆਰੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਬਹੁਤ ਇੰਪੋਰਟੈਂਟ ਹਿੱਸਾ ਹੈ ਰਾਈਟ ਸੋ ਇਹ ਫਰਸਟ ਸਟੇਜ ਹੈ ਪ੍ਰੀਪਰੇਸ਼ਨ ਦੀ ਠੀਕ ਹੈ ਜੀ ਇਹ NCERT ਦੀ ਲਿਸਟ ਹੈ ਅਗੇਨ ਆਮ ਸੇਇੰਗ ਇਹਦੇ ਵਿੱਚ ਕੁਝ ਐਸੀਆਂ NCERT ਇਸ ਨੇ ਜਿਹੜੀਆਂ ਬੇहद ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਨੂੰ ਬਾਰ-ਬਾਰ ਪੜ੍ਹਨਾ ਪੈਣਾ ਜਿਵੇਂ ਕਿ ਫੰਡamentals ਆਫ ਫਿਜ਼ੀਕਲ ਜੀਓਗ੍ਰਾਫੀ ਹੋਗੀ ਰਾਈਟ ਜਿਵੇਂ ਕਿ ਜੀਸੀ ਲੌਂਗ ਵੀ ਹੋਗੀ ਰਾਈਟ ਐਂਡ ਸੋ ਔਰ ਬਟ ਥਿਸ ਇਜ਼ ਦਾ ਫੁੱਲ NCERT ਲਿਸਟ ਸੋ ਜਿਹੜਾ ਬੱਚਾ ਬਿਲਕੁਲ ਹੀ ਕਸਰ ਨਹੀਂ ਛੱਡਣਾ ਚਾਹੁੰਦਾ ਆਪਣੀ ਤਿਆਰੀ ਦੇ ਵਿੱਚ ਇਹ NCERT ਲਿਸਟ ਜਿਹੜੀ ਹੈ ਇਹਨੂੰ ਸਕਰੀਨਸ਼ਾਟ ਲੈ ਲਓ ਐਂਡ ਦਿਸ ਐਨਸੀਆਰਟੀ ਲਿਸਟ ਇਹਦੇ ਉੱਤੇ ਕੰਮ ਕਰਨਾ ਸਟਾਰਟ ਕਰ ਦੋ ਹੁਣ ਇਥੇ ਹਿਸਟਰੀ ਦੀਆਂ ਬੜੀਆਂ ਸਾਰੀਆਂ ਬੁੱਕਸ ਨੇ ਜੇ ਤੁਸੀਂ ਸਿਲੇਕਟਿਵ ਰੀਡਿੰਗ ਹੀ ਕਰ पाओਗੇ ਤੇ ਤੁਸੀਂ ਜਿਹੜਾ ਵੀ ਆਪਣਾ ਗਾਈਡ ਹੈ ਉਹਦੇ ਤੋਂ ਪੁੱਛ ਲਓ ਵੀ ਮੈਂ ਬਹੁਤਾ ਟਾਈਮ ਨਹੀਂ ਦੇ ਸਕਦਾ ਸੋ ਆਈ ਜਸਟ ਵਾਂਟ ਕਿ ਮੈਨੂੰ ਸਭ ਤੋਂ ਇੰਪੋਰਟੈਂਟ ਜਿਹੜੀਆਂ ਬੁੱਕਸ ਨੇ ਉਹ ਦੱਸ ਦਿੱਤੀਆਂ ਜਾਣ ਸੋ 올ਡ ਐਨਸੀਆਰਟਿਸ ਜਿਹੜੀਆਂ ਨੇ ਉਹ ਪੜੀਆਂ ਜਾਂਦੀਆਂ ਨੇ ਰਾਈਟ ਜੀਓਗ੍ਰਾਫੀ ਦੀ ਫੰਡਮੈਂਟਲਸ ਆਫ ਫਿਜ਼ੀਕਲ ਜੀਓਗ੍ਰਾਫੀ ਐਂਡ ਇੰਡੀਆ ਫਿਜ਼ੀਕਲ এনवायरमेंट ਇਹ ਦੋ ਐਨਸੀਆਰਟਿਸ ਅਨਅਵੋਇਡੇਬਲ ਨੇ अनअवॉइडेबल मतलब ये तो बहुत ही जरूरी ने ठीक uh, है जी देन दीज आर द स्टैंडर्ड बुक्स स्टैंडर्ड बुक्स की लिस्ट जी है बहुत इंपोर्टेंट एनसीआर टी लिस्ट होगी एनसीआर टी बुक्स हो गई रइट इनू तुम क्विकली रीड करो एंड इन लिस्ट देखिए घबराने वाली गल नहीं है छेवीं क्लास की किताब में कि टाइम लगेगा जो सीरीयली बह जाओगे हफ्ते तो घट्ट टाइम लगेगा जो फर्स्ट टाइम भी रीड कर रहे हो उस तो भी जल्दी तीन तो एक बुक पूरी हो जाएगी यून बहुत टाइम नहीं लगेगा सिक्स सैवंथ एट के बच्चों को किन्ना ਉਕੀ ਚੀਜ਼ ਪੜਾਈ ਜਾ ਰਹੀ ਹੋएगी ਰਾਈਟ ਸੋ ਇਹ ਹੈਗੀਆਂ ਨੇ ਜੀ ਸਟੈਂਡਰਡ ਬੁక్స్ ਇਹ ਤੋਂ ਬਿਨਾ ਤਿਆਰੀ ਨਹੀਂ ਹੋ ਸਕਦੀ ਐਂਡ ਜਿਹੜੇ ਬੱਚੇ ਵਨ ਲਾਈਨਰਸ ਪ੍ਰਿਪੇਅਰ ਕਰਕੇ ਜਾਣਗੇ ਜਿਹੜੇ ਮੈਂ ਕਿਉਂ ਮੈਂ ਇਹ ਗੱਲ ਕਹਿ ਰਿਹਾ ਕਿਉਂਕਿ ਆਈ ਸੀ ਥੈਟ ਔਨ ਸਮ YouTube ਚੈਨਲਸ ਉੱਥੇ ਹੀ ਪਤਾ ਲੱਗਦਾ ਹੈ ਇਥੋਂ ਤੁਹਾਨੂੰ ਇਹ ਵੀ ਲੈਸਨ ਮਿਲਦਾ ਵੀ ਡੈਮੋ ਕਲਾਸ ਜ਼ਰੂਰ ਲੈ ਲਓ ਆਪਣੇ ਆਪ ਪ੍ਰੀਵਿਅਸ ਪੇਪਰ ਦਾ ਐਨਾਲਿਸਿਸ ਜ਼ਰੂਰ ਕਰ ਲਓ ਸਿਲੇਬਸ ਜ਼ਰੂਰ ਦੇਖ ਲਓ ਕਿਤੇ ਮਿਸ ਗਾਈਡ ਨਾ ਹੋ ਜੇ राइट सो वन लाइनर्स ਜਿਹੜੇ ਨੇ ਉਹ ਇੱਥੇ ਨਹੀਂ ਆਂਦੇ ਹੁੰਦੇ ਇੱਥੇ ਬਹੁਤ ਅੱਛੇ ਲੈਵਲ ਦੇ ਕੁਐਸਚਨਸ ਆ ਰਹੇ ਨੇ ਐਂਡ ਪੀਪੀਐਸਸੀ ਹੁਣ ਤਾਂ ਆਪਣੇ ਨਾਇਬ ਤਹਿਸੀਲਦਾਰ ਕੋਆਪਰੇਟਿਵ ਇਨਸਪੈਕਟਰ ਇਹੋ ਜਿਹੇ ਪੇਪਰਾਂ ਦੇ ਵਿੱਚ ਹੀ ਬਹੁਤ ਅੱਛੀ ਕੁਆਲਿਟੀ ਦੇ ਕੁਐਸਚਨਸ ਆ ਰਹੇ ਸੋ ਇਟ ਇਜ਼ ਵੈਰੀ ਇੰਪੋਰਟੈਂਟ ਵਿ ਇਨ ਡੈਪਥ ਕਨਸੈਪਚੁਅਲ ਨੋਲੇਜ ਪਲੱਸ ਕਰੰਟ ਅਫੇਅਰਸ ਇਹ ਦੋਵਾਂ ਦਾ ਮੇਲ ਕਰਕੇ ਅਸੀਂ ਪੇਪਰ ਦੇ ਵਿੱਚ ਪਹੁੰਚੀਏ ਤਾਂ ਕਿ ਪ੍ਰੀਲਿਮ ਸਾਡਾ 100% ਨਿਕਲੇ ਕਟਆਫ ਜੀਡੀਆ ਬਹੁਤ ਜ਼ਿਆਦਾ ਉੱਪਰ-ਨੀਚੇ ਵੇਰੀ ਕਰਦੀ ਹੈ ਪੇਪਰ ਦੀ ਡਿਫਿਕਲਟੀ ਤੇ ਈਜ਼ ਨੂੰ ਲੈ セーフ ઝોન ਦੇ ਵਿੱਚ ਹੋਣਾ ਇਟ ਮੀਨਸ 400 ਦੇ ਵਿੱਚੋਂ 300 ਦੇ ਕਰੀਬ ਨੰਬਰ ਹੋਣੇ রাইਟ 290s 300s ਦਿਸ ਇਸ ਵੈਰੀ ਇੰਪੋਰਟੈਂਟ ਨਾਓ ਪਿਛਲੇ ਕਟਆਫ ਦੇਖ ਲਿਓ ਓਰੀਐਂਟੇਸ਼ਨ ਵੀਡੀਓ ਦਾ ਮੈਂ ਤੁਹਾਨੂੰ ਲਿੰਕ ਆ ਦੱਸ ਦਿੱਤਾ ਹੈ ਵੀ ਤੁਸੀਂ ਕੀ ਕਰਨਾ রাইਟ ਲਿਸਟ ਬਲਰ ਆ ਰਹੀ ਹੈ ਆਪਣੇ ਸੈਟਿੰਗਸ ਦੇ ਵਿੱਚ ਕੁਆਲਿਟੀ ਨੂੰ ਠੀਕ ਕਰੋ ਇਹ ਆਈਲ ਸ਼ੋ ਯੂ ਇਹ ਐਨਸੀਆਰਟੀ ਦੀ ਲਿਸਟ ਹੈ राइट right, ब्लर नहीं आनी चाहिए थी, अपने सैटिंगस चेंज करो ऑटो होएगा उच डी वाला कर लो ए हैगी है जी स्टैंडर्ड बुक्स की लिस्ट ए वाली बुक्स पढ़निया जरूरी हो गई ने की है एक ता, तो एटलिस्ट कोल होनी चाहिए राइट तुम इंटरनेशनल रेस पढ़ रहे हो न्यूज़पेपर पढ़ रहे होोग्राफी पढ़ रहे हो एटलिस तो बिना नहीं होना ईवन एनवायरमेंट ठीक है जी दैन मॉडर्न हिस्टरी वास्ते स्पैक्ट्रम एवरीबडी नोज दैट इंडियन पॉलिटी वास्ते लक्ष्मीकत बच्चों ने दस दस बार पढ़ी हुई है यहोजे भी बच्चे घूम रहे हैं इंडियन इकॉनमी वास्ते दो ऑप्शंस मैं ਤੁਹਾਨੂੰ ਦਵਾਂਗਾ ਜਿਹੜੀ ਲੇਟੈਸਟ ਸਾਨੂੰ ਲੱਗਦਾ ਹੈ दैट इज व्हाई ए एक ਅਪਡੇਟਡ ਲਿਸਟ ਹੈ ਨਿਤਿਨ ਸਿੰਘਹਾਨੀਆ ਦੀ ਇੱਕ ਬੁੱਕ ਹੈ ਜੀ ਬਹੁਤ ਅੱਛੀ ਬੁੱਕ ਹੈ ਰਾਈਟ ਜਾਂ ਫਿਰ ਜਿਹੜੇ ਬੱਚੇ ਰਮੇਸ਼ ਸਿੰਘ ਪੜ੍ਹ ਰਹੇ ਨੇ ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈ ਉਹ ਵੀ ਇੱਕ ਅੱਛੀ ਕਿਤਾਬ ਹੈ ਰਾਈਟ ਲੇਕਿਨ ਇਹ ਨਿਤਿਨ ਸਿੰਘਹਾਨੀਆ ਦੀ ਇੰਡੀਅਨ ਇਕਨੋਮੀ ਦੀ ਕਿਤਾਬ ਜਿਹੜੀ ਹੈ ਇਹ ਹੋਰ ਵੀ ਆਰਗੇਨਾਈਜ਼ਡ ਤੇ ਬੈਟਰ ਹੈ ਹਾਲਾਂਕਿ ਇਹਨਾਂ ਸਾਰੀਆਂ ਬੁੱਕਸ ਨੂੰ ਆਪਾਂ ਸਿਲੈਕਟਿਵਲੀ ਰੀਡ ਕਰਨਾ ਹੈ ਖਾਸ ਕਰਕੇ ਜੇ ਨੋਟੀਫਿਕੇਸ਼ਨ ਸੱਚੀ ਆ ਜਾਂਦੀ ਹੈ ਬਹੁਤ ਜਲਦ ਜਿਹੜੇ ਡਿਫਰੈਂਟ ਸੋਰਸਸ ਤੋਂ ਮੈਂ ਤੁਹਾਨੂੰ ਦੱਸ ਰਿਹਾ ਵੀ ਸੇਮ ਡੇਟ ਆ ਰਹੀ ਹੈ ਸੋ ਜੇ ਆ ਜਾਂਦੀ ਹੈ ਤੇ ਆਪਾਂ ਹੋਰ ਸਿਲੈਕਟਿਵ ਕਰ ਦੇਣੀ ਹੈ ਰੀਡਿੰਗ ਵੀ ਪਹਿਲੇ ਪ੍ਰੀਲਿਮਸ ਤੱਕ ਕਲੀਅਰ ਹੋਵੇ ਰਾਈਟ ਜੇ ਤੁਸੀਂ ਟਾਈਮਲੀ ਪ੍ਰੈਪਰੇਸ਼ਨ ਸਟਾਰਟ ਕੀਤੀ ਹੈ ਫਿਰ ਤਾਂ ਇਹ ਬੁੱਕਸ ਇੰਪੋਰਟੈਂਟ ਹੀ ਨੇ ਐਂਡ ਚੈਨਲ ਦੇ ਉੱਤੇ ਇਸੇ ਚੈਨਲ ਦੇ ਉੱਤੇ ਤੁਸੀਂ ਹੋਮ ਪੇਜ ਦੇ ਉੱਤੇ ਜਾਓਗੇ ਚੈਨਲ ਦੇ ਉੱਤੇ ਇੰਪੋਰਟੈਂਟ ਇੰਡੀਅਨ ਇਕਨੋਮੀ ਟਾਪਿਕਸ ਫॉर ਪੰਜਾਬ ਪੀਸੀਐਸ ਵੀਡੀਓ 15th minute di important indian polity topics for punjab pcs so kallya kalla topic bhi assi tuhanu dass rahe ha eh khaaskar unna bachiyan vasse jehde afford nahi kar sakde guidance right te unna vasse vese ta online batch bhi we have made it very affordable bahut inexpensive hai standard books ohde vich hi included ne test series prelims mains interview but still agar tusi nahi afford kar sakde eh sariyan cheezan de utte nazar rakho guidance mil jayegi apne aap taiyari at least start ta karoge ਠੀਕ ਹੈ ਜੀ ਫਿਰ ਕਵਾਂਟਿਟੇਟਿਵ ਐਪਟੀਟਿਊਡ ਐਂਡ ਵਰਬਲ ਐਂਡ ਨਾਨ ਵਰਬਲ ਰੀਜ਼ਨਿੰਗ ਆਰ ਐਸ ਅਗਰਵਾਲ ਤੋਂ ਪ੍ਰੈਕਟਿਸ ਕਰ ਲਓ 댓 ਇਜ਼ ਫਾਈਨ ਵੈਰੀ ਗੁੱਡ ਬੁక్స్ ਫਾਰ ਸੀਸੈਟ ਜਿਹੜਾ ਪ੍ਰੀਲਿਮਸ ਦਾ ਦੂਸਰਾ ਪੇਪਰ ਹੁੰਦਾ ਰਾਈਟ ਹੁਣ ਸੀਸੈਟ ਜਿਹੜਾ ਆਈਐਸ ਵਾਸਤੇ ਕੁਆਲੀਫਾਈਂਗ ਹੈ ਤੇ ਪੀਸੀਐਸ ਵਾਸਤੇ ਕੁਆਲੀਫਾਈਂਗ ਨਹੀਂ ਹੋ ਰਿਹਾ ਕੁਝ ਬੱਚਿਆਂ ਦੀ ਡਿਮਾਂਡ ਹੈ ਖਾਸ ਕਰ ਜਿਹੜੇ ਆਈਐਸ ਦਿੰਦੇ ਨੇ ਵੀ ਸਾਡੀ ਪ੍ਰੈਪਰੇਸ਼ਨ ਜਿਹੜੀ ਹੈ ਉਹ ਅਲਾਈਨਡ ਨਹੀਂ ਹੋ ਪਾਂਦੀ ਰਾਈਟ ਸੋ ਇਹ ਵੀ ਇੱਕ ਡਿਮਾਂਡ ਹੈ ਕਿ ਸੀਸੈਟ ਕੁਆਲੀਫਾਈਂਗ ਹੋ ਜਵੇ ਹੋਏਗਾ ਜਾਂ ਨਹੀਂ ਸਾਨੂੰ ਨਹੀਂ ਪਤਾ राइट right? अगली नोटिफिकेशन ਦੇ ਵਿੱਚ ਸਾਨੂੰ ਪਤਾ ਲੱਗ ਜਾਏਗਾ ਜਿਵੇਂ ਲਾਸਟ ਨੋਟੀਫਿਕੇਸ਼ਨ ਦੇ ਵਿੱਚ देयर वाज ਯੂ نو ਦਸ 33% ਔਮਨ ਰਿਜ਼ਰਵੇਸ਼ਨ ਪਹਿਲੀ ਵਾਰ ਇੰਟਰੋਡਿਊਸ ਹੋਈ ਸੀ ਸੋ ਪਹਿਲੀ ਵਾਰ ਹੋਇਆ ਸੀ ਠੀਕ ਹੈ ਜੀ ਕੇ ਮੀ ਅ ਸੈਕੰਡ ਮੈਂ ਤੁਹਾਡੀ ਚੈਟ ਵੀ ਪੜ ਲਾਂ ਜੇ ਰੱਖ ওকে ਜੀ ओके थैंक यू सो मच हिमांशु पेरिंग स्टूडेंट्स नहीं नहीं वैसे आई ई एस के हाँ ग्रेजुएशन का लास्ट ईयर जो है इफ यू आर डूइंग ग्रेजुएशन इफ दैट इज योर क्वेश्चन फेर नहीं एंड क्योंकि कोई पर्टिकुलर डेट नहीं है जो आएगी उदो स राइट right? बाकी ओरएंटेन भीडियो देखो ऑन द बेसिस ऑफ दैट तुम की किड़ी स्टेज के तो पता लग जाएगा भी की तुडे तो बनते हैं या नहीं बनते ਰਾਈਟ ਇਹ ਦੁੱਖ ਦੀ ਗੱਲ ਹੈ ਵੀ ਜਿਹੜੇ ਬੱਚਿਆਂ ਦਾ ਇੱਕ ਪੀਸੀਐਸ ਨਿਕਲ ਜਾਵੇ ਉਹਨਾਂ ਨੂੰ 2 2.5 3 ਸਾਲ ਫਿਰ ਵੇਟ ਕਰਨੀ ਪੈਂਦੀ ਹੈ ਦੈਟ ਇਜ਼ ਵਾਈ ਜਿਹੜੇ ਬੱਚੇ ਐਲੀਜੀਬਲ ਨੇ ਉਹ ਬਿਲਕੁਲ ਵੇਟ ਨਾ ਕਰਨ ਕਿਉਂਕਿ ਸੀਟਾਂ ਜਿਹੜੀਆਂ ਨੇ ਉਹ 70 70 ਇੰਨੀਆਂ ਆ ਰਹੀਆਂ ਨੇ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਹੈ ਵੀ 100 ਪਲੱਸ ਸੀਟਸ ਆਣਗੀਆਂ ਇਸ ਵਾਰ ਗੋਲਡਨ ਆਪਰਚੁਨਿਟੀ ਸੋ ਡੋਨਟ ਮਿਸ ਥੈਟ ਰਾਈਟ ਗੀਤ ਇਸ ਸੇਇੰਗ ਦੈਟ এনवायरमेंट ਦਾ ਸ਼ੰਕਰ ਆਈਐਸ ਛੱਡ ਕੇ ਕੋਈ ਹੋਰ ਆਲਟਰਨੇਟਿਵ ਸੋਰਸ ਦੱਸ ਦਿਓ ਨਾਓ ਦਾ ਪ੍ਰੋਬਲਮ ਇਜ਼ ਕਿ ਜਿਹੜੇ ਰੀਸੈਂਟ ਪੀਪੀਐਸਸੀ ਦੇ ਪੇਪਰ ਨੇ ਉਨਾ ਵਿੱਚ ਜਿਹੜਾ এনवायरमेंट ਆਇਆ ਹੈ that is very good right ਬਹੁਤ ਅੱਛੇ ਲੈਵਲ ਦਾ এনवायरमेंट ਆਇਆ ਹੈ ਹੁਣ ਐਸ ਰਿਪੀਟਿਡਲੀ ਮੈਂ ਕੀ ਕਹਿ ਰਹੇ ਆਂ ਵੀ ਤੁਸੀਂ ਸਿਲੈਕਟਿਵ ਰੀਡਿੰਗ ਕਰੋ ਤੁਸੀਂ ਸਾਰੀ ਕਿਤਾਬ ਨਾ ਪੜਨ ਲੱਗ ਜਾਓ ਸਿਲੈਕਟਿਵ ਰੀਡਿੰਗ ਦਾ ਮਤਲਬ ਕੀ ਹੁੰਦਾ ਹੈ ਜਿਹੜੇ ਕਨਸੈਪਟਸ ਹੁੰਦੇ ਨੇ ਚਾਹੇ ਉਹ ਇਕਨੋਮੀ ਹੈ ਚਾਹੇ ਉਹ এনवायरमेंट ਹੈ ਕਨਸੈਪਟਸ ਨਹੀਂ ਤੁਹਾਡੇ ਛੁੱਟਣੇ ਚਾਹੀਦੇ ਜਿਹੜੀ ਡਿਸਕਸ਼ਨ ਹੈ ਉਹਨੂੰ ਤੁਸੀਂ ਅਵੋਇਡ ਕਰ ਸਕਦੇ ਠੀਕ ਹੈ ਜੀ ਸੋ ਬਾਕੀ ਸਾਰੇ ਇੱਥੇ ਹੋ ਗਏ ਬਾਕੀ ਜਿਹੜੀ ਐਂਸ਼ੀਅੰਟ ਹਿਸਟਰੀ ਮੀਡੀਵਲ ਹਿਸਟਰੀ ਵਰਲਡ ਹਿਸਟਰੀ ਅ ਵੀ ਫਾਲੋ ਆਰ ਓਨ ਬੁੱਕਲੇਟਸ ਅਸੀਂ ਆਪਣੀ ਬੁੱਕਲੇਟਸ ਪ੍ਰੋਵਾਈਡ ਕਰਦੇ ਹਾਂ ਸਟੂਡੈਂਟਸ ਨੂੰ ਜੇ ਤੁਸੀਂ ਉਹ ਨਹੀਂ ਕਰ ਰਹੇ ਐਂਸ਼ੀਅੰਟ ਮੀਡੀਵਲ ਹਿਸਟਰੀ ਤੁਸੀਂ ਆ ਕੋਈ ਵੀ ਜੀਕੇ ਵਾਲੀ ਬੁੱਕ ਤੋਂ ਕਰ ਸਕਦੇ ਹੋ ਉੱਥੇ ਬਹੁਤ ਸਾਰੇ ਫੈਕਟਸ ਨੇ ਆਫ ਨਾਲ ਉਹਦੇ ਐਨਸੀਆਰਟੀ ਤੁਸੀਂ ਜ਼ਰੂਰ ਪੜ੍ਹਨੇ ਆਣੇ 올ਡ ਐਨਸੀਆਰਟੀਸ ரைਟ ਸਿਮਿਲਰਲੀ ਵਰਲਡ ਹਿਸਟਰੀ ਤੁਸੀਂ ਐਨਸੀਆਰਟੀ ਤੋਂ ਕਵਰ ਕਰ ਸਕਦੇ ਹੋ ਆਦਰਵਾਇਜ਼ ਅ ਜੇ ਕਿਤੇ ਤੁਸੀਂ ਗਾਈਡੈਂਸ ਲੈ ਰਹੇ ਹੋ ਉੱਥੇ ਤੁਹਾਨੂੰ ਬੁੱਕਲੇਟਸ ਵਗੈਰਾ ਵੈਲ ਰਿਸਰਚਡ ਮਿਲੀਆਂ ਹੋਣੀਆਂ ਚਾਹੀਦੀਆਂ ਨੇ ਜੋ ਵੀ ਐਗਜ਼ਾਮ ਦੀ ਡਿਮਾਂਡ ਹੈ ਅਕੋਰਡਿੰਗਲੀ ਠੀਕ ਹੈ ਜੀ ਸੋ ਇਹ ਬੁੱਕਲਿਸਟ ਹੋ ਗਈ ਜੀ ਸਟੈਂਡਰਡ ਬੁక్స్ ਐਨਸੀਆਰਟੀਸ दैट इज ऑल ਥਰਡ ਜਿਹੜੀ ਅਸੀਂ ਰੀਡਿੰਗ ਕਰਨੀ ਹੈ ਉਹ ਹੈ ਕਰੰਟ ਅਫੇਅਰਸ ਕਿੱਦਾਂ ਕਵਰ ਕਰਨੇ ਨੇ ਕਰੰਟ ਅਫੇਅਰਸ ਕਿੱਦਾਂ ਕਵਰ ਕਰਨੇ ਨੇ ਨੰਬਰ 1 ਪੜਨਾ ਕਿਹੜਾ which newspaper is to be read ਉਹ ਪੰਜਾਬ ਸਿਵਲ ਸਰਵਿਸਿਜ਼ इंडियन एक्सप्रैस शुड बी रेड जो द ट्रिब्यून पढ़ रहे हो सॉरी द हिंदू पढ़ रहे हो दैट इज ऑलसो फाइन खासकर जे आई एस द एसपीरेंट्स ने बट जो सिर्फ पी सी एस दी करनी है Indian Express तो इंडियन एक्सप्रैस चक लो इस अलावा जे न्यूज़ पेपर ने देआर नॉट एज गुड सो जोड़ा अगेन कॉम्पीटिशन है कंपीटेटिव एग्जाम है ये देखना है कि बाकी की कर रहे हैं तो ट्रिब्यून चक लो इट इज़ नॉट एज गुड एज इंडियन एक्सप्रैस और दिंदू राइट सो ਤੁਹਾਡਾ ਅਨਾਲਿਸਿਸ ਤੁਹਾਡੇ ਆਨਸਰਸ ਦੇ ਵਿੱਚ ਰਿਫਲੈਕਟ ਕਰੇਗਾ ਕਿ ਡਿਫਰੈਂਸ ਹੈ ਕੁਆਲਿਟੀ ਆਫ ਰੀਡਿੰਗ ਦਾ রাইਟ ਇਹਨੂੰ ਪੜ੍ਹਨਾ ਕਿਦਾਂ देयर इज ਅ ਵੀਡੀਓ ਆਲਸੋ ਔਨ ਚੈਨਲ ਉਹਨੂੰ ਵੀ ਲਵ ਲਿਓ ਜਿਹੜਾ ਸਿਲੇਬਸ ਰਿਲੇਟਡ ਚੀਜ਼ ਹੈ ਉਹ ਪੜ੍ਹਨੀ ਹੈ ਜੇ ਨਹੀਂ ਸਮਝ ਆ ਰਿਹਾ ਤੁਸੀਂ ਕੀ ਕਰ ਸਕਦੇ ਹੋ ਵਿਜ਼ਿਟ ਲੌਂਚ ਪੈਡ ਆਈਐਸ ਚੈਨਲ ਇਥੇ ਮੰਥਲੀ ਕਰੰਟ ਅਫੇਅਰਸ ਐਡੀਟੋਰੀਅਲ ਅਨਾਲਿਸਿਸ ਅਗੇਨ ਕਹਿ ਰਿਹਾ ਹਾਂ ਕਰੰਟ ਅਫੇਅਰਸ ਵੀ ਬਿਲਕੁਲ ਡਿਫਰੈਂਟ ਹੁੰਦੇ ਨੇ ਜਿਹੜੇ ਤੁਸੀਂ ਬਾਕੀ ਐਗਜ਼ਾਮਸ ਵਾਸਤੇ ਕਰ ਰਹੇ ਹੋ ਵਰਸਸ ਫੋਰ ਪੀਸੀਐਸ ਔਰ ਆਈਏਐਸ ਸੋ ਇੱਥੇ ਐਡੀਟੋਰੀਅਲ ਐਨਾਲਿਸਿਸ ਵੀਡੀਓਜ਼ ਨੇ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਪਿਛਲੇ 8 ਤੋਂ 12 ਮਹੀਨੇ 8 ਤੋਂ 12 ਮਹੀਨੇ ਦੀ ਵੀਡੀਓ ਤੁਸੀਂ ਦੇਖ ਲਓ ਉਹਦੇ ਵਿੱਚ ਕਿਸ ਨਜ਼ਰੀਏ ਨਾਲ ਅਸੀਂ ਕਿਸੇ ਇਸ਼ੂ ਨੂੰ ਕਵਰ ਕਰ ਰਹੇ ਹਾਂ ਇਸ ਤੋਂ ਇਲਾਵਾ ਆਲਮੋਸਟ ਡੇਲੀ ਉੱਥੇ ਕਰੰਟ ਅਫੇਅਰਸ ਦੀਆਂ ਕਲਾਸਸ ਆ ਰਹੀਆਂ ਨੇ ਉਹ ਦੇਖੋ ਸਲੋਲੀ ਤੁਹਾਨੂੰ ਆਪਣੇ ਆਪ ਸਮਝ ਆਣਾ ਸਟਾਰਟ ਹੋ ਜਾਏਗਾ ਵੀ ਨਿਊਜ਼ਪੇਪਰ ਪੜ੍ਹਦੇ ਹੋਏ ਤੁਸੀਂ ਕਿਸ ਤਰੀਕੇ ਨਾਲ ਕਵਰ ਕਰਨੇ ਨੇ ਕਰੰਟ ਅਫੇਅਰਸ ਰਾਈਟ ਹੁਣ ਮੈਗਜ਼ੀਨਸ ਆ ਜਾਂਦੀਆਂ ਨੇ ਫਿਰ ਸੋ ਤੁਹਾਨੂੰ ਨੋਟਸ ਬਣਾਉਣ ਦੀ ਲੋੜ ਨਹੀਂ ਐ ਵੈਸੇ ਹੀ ਟਾਈਮ ਨਹੀਂ ਐ ਬਿਕੋਜ਼ ਹੁਣ ਤਾਂ ਵੈਸੇ ਕੋਈ ਟਾਈਮ ਨਹੀਂ ਰਹਿ ਗਿਆ ਨੋਟੀਫਿਕੇਸ਼ਨ ਤੋਂ ਬਾਅਦ ਤੁਸੀਂ ਨੋਟਸ ਬਣਾਉਣ ਬੈਠ ਗਏ ਫਿਰ ਨੋਟਸ ਹੀ ਬਣਨਗੇ ਮਲਟੀਪਲ ਮੈਗਜ਼ੀਨਸ ਆ ਰਿਵੈਲੇਬਲ ਕੋਈ ਵੀ ਤੁਸੀਂ ਇੱਕ ਕਰੰਟ ਅਫੇਅਰਜ਼ ਦੀ ਮੰਥਲੀ ਮੈਗਜ਼ੀਨ ਚੱਕ ਕੇ ਅਗੇਨ ਸਿਵਲ ਸਰਵਿਸਿਜ਼ ਵਾਲੀ ਵਨ ਲਾਈਨਰ ਵਾਲੀ ਨਹੀਂ ਬਹੁਤ ਡਿਫਰੈਂਸ ਹੈ ਜ਼ਮੀਨ ਆਸਮਾਨ ਦਾ ਸੋ ਉਹ ਚੱਕ ਕੇ ਤੁਸੀਂ ਕੋਈ ਵੀ ਪੜ ਲਓ ਉਹਨਾਂ ਨੇ ਨੋਟਸ ਬਣਾਏ ਹੋਏ ਐ ਸਿਲੈਕਟਿਵ ਕਰ ਲਓ ਥੋੜਾ ਜਿਹਾ क्योंकि आई ई एस वास्ते बनाई राइट बाकी इंस्टीट्यूट्स जो अपनी बुकलेट्स प्रोवाइड करेंगे दैट इज ऑलसो वैल well एंड वीडियोस आई टोल्ड यू लॉन्च पैड आई ई एस एज वैल एज लॉन्च पैड जब करंट फेयर ने लॉन्च पैड एजुकेशन के उइट बाकी बैचेज आर गोइंग ऑन हेयर एज वैल ऑनलाइन एज वैल एज ऑफलाइन बिकॉज य बड़ा जबरदस्त कंपीटेटिव एग्जाम है एंड आंसर राइटिंग परसनल अटेंशन की बहुत लौट हो जाती है एस ए राइटिंग बहुत लौट हो जाती है ਸੋ ਸਟੂਡੈਂਟਸ ਪ੍ਰੇਫਰ ਆਫਲਾਈਨ ਆਫਲਾਈਨ ਦੇ ਵਿੱਚ ਲਿਮਿਟ ਹੈ ਬਹੁਤ ਪਿਛਲੇ 4-5 ਮਹੀਨਿਆਂ ਤੋਂ ਬਹੁਤ ਜ਼ਿਆਦਾ ਸਟੂਡੈਂਟਸ ਪੀਸੀਐਸ ਬਾਰੇ ਇਨਕੁਆਇਰ ਕਰ ਰਹੇ ਐ ਐਂਡ ਇਨਰੋਲ ਕਰ ਰਹੇ ਐ ਸੋ ਮੇਕ ਸ਼ੋਰ ਇਫ ਯੂ ਵਾਂਟ ਇਫ ਯੂ ਥਿੰਕ ਵੀ ਸ਼ੁੱਡ ਬੀ ਗਾਈਡਿੰਗ ਯੂ ਵੀ ਕੈਨ ਗਾਈਡ ਯੂ ਇਨ ਅ ਇਨ ਅ ਅਪਰੋਪਰੀਏਟ ਮੈਨਰ ਤੇ ਤੁਸੀਂ ਆਫਲਾਈਨ ਬੈਚ ਲੈਣਾ ਚਾਹੁੰਦੇ ਹੋ ਸੋ ਥੋੜਾ ਜਿਹਾ ਤੁਹਾਨੂੰ ਜਲਦੀ ਡਿਸਾਈਡ ਕਰਨਾ ਪਏਗਾ ਉਹਦੇ ਵਾਸਤੇ ਅਗਰ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਵੀ ਤੁਸੀਂ ਕਿਸੇ ਹੋਰ ਸ਼ਹਿਰ ਦੇ ਵਿੱਚ ਹੋ है ना किंस्टीट्यूट ज्वाइन करिए देखो डेमो क्लासिस लो कंपेयर करो इस अलावा तो कोई होर चीज़ नहीं है रिजल्ट जोड़े है वो सेम टॉपर कई बार अठ अठ नौ नौ इंस्ट्यूट्स का टॉपर क्लेम किया जा रहा होंगे मार्केटिंग दैट इज ऑलसो नॉट ओनली द थिंग इज क्लासिस डेमो क्लास तो अलावा नहीं डिसाइड कर सकते भी की तीडी अंडरसटैंडिंग होएगी की जोड़े थोड़े मेंटर्स ने उन्होंने खुद सिलेबस की अंडरसटैंडिंग है या नहीं है न्यूज़पेपर रीड करवाया जा रहा करंट अफेयरस फॉलो करे जा रहे हैं या फिर आंसर राइटिंग हो रही है कि नहीं हो रही प्रिलिम्स टैस एनसीआर टी बेस्ड टैसट हो गए बिकॉज हेयर द टैस्ट विल बी इन थ्री स्टेज एनसीआर टी टैसट हो गए फिर सबजैक्ट वाइज टैसगे दैन कंपलीट जी एस एंड सी सी एड्ड के जो टैस हो गए एंड जे तो सिर्फ टैस सीरीज लैंना चाहते हो फोर्टी टू पंजाब सिविल सर्विस वास्ते सीरीज ऑलरेडी इट इज़ फॉर फोर्टीन नाइनटी नाइन ओनली ऑन आर वैबसाइट ਬਾਕੀ ਪੀਸੀਸ ਦੇ ਆਫਲਾਈਨ ਐਂਡ ਆਨਲਾਈਨ ਜਿਹੜੇ ਕੋਰਸਸ ਨੇ ਦੇ ਆਰ ਆਲਸੋ ਅਵੇਲੇਬਲ ਔਨ ਦ ਵੈਬਸਾਈਟ ਆਈ ਟੋਲਡ ਯੂ ਐਲਪੀ ਸੋਮਥ 10 ਨਾਲ 10 ਪਰਸੈਂਟ ਆਫ ਵੀ ਹੋ ਜਾਏਗਾ ਰਾਈਟ ਸੋ ਇੱਥੇ ਜੇ ਇਫ ਯੂ ਆਰ ਅਟੈਂਡਿੰਗ ਬੈਚਸ ਹੇਅਰ ਤੇ ਕਿਸ ਤਰੀਕੇ ਨਾਲ ਇਨਸ਼ੋਰ ਕੀਤਾ ਜਾਏਗਾ ਖਾਸ ਕਰ ਆਨਲਾਈਨ ਬੱਚੇ ਵਾਸਤੇ ਰਾਈਟ ਆਫਲਾਈਨ ਦਾ ਚਲੋ ਉਹ ਤਾਂ ਕਲਾਸਸ ਦੇ ਵਿੱਚ ਹੀ ਹੁੰਦੇ ਉਹਨਾਂ ਨੇ ਰੋਜ਼ ਆਣਾ ਹੈ ਰੋਜ਼ ਆਪਣੇ ਡਾਊਟਸ ਲੈ ਕੇ ਆਣੇ ਨੇ ਜਿਹੜੇ ਆਨਲਾਈਨ ਬੱਚੇ ਨੇ ਜਿਹੜੇ ਆਪਣੇ ਸ਼ੈਡ ਦੇ ਵਿੱਚ ਕੁਝ ਅੱਛਾ ਨਹੀਂ ਲਪਾਰੇ ਬਟ ਆਪਣੇ ਫਿਊਚਰ ਨਾਲ ਰਿਸਕ ਵੀ ਨਹੀਂ ਲੈਣਾ ਚਾਹੁੰਦੇ ਉਹਨਾਂ ਬੱਚਿਆਂ ਵਾਸਤੇ ਵੀ ਇਨਸ਼ੋਰ ਕੀ ਇੰਟਰੈਕਸ਼ਨ ਜਿਹੜੀ ਹੈ ਉਹ ਬਣੀ ਰਹੇ ਥਰੂ ਕਾਲਸ ਥਰੂ WhatsApp ਐਂਡ ਕਿਉਂਕਿ ਲੁਧਿਆਣਾ ਜਿਹੜਾ ਹੈ ਉਹ ਪੰਜਾਬ ਦੇ ਬਿਲਕੁਲ ਮਿਡਲ ਦੇ ਵਿੱਚ ਹੈ ਜੇ ਤੁਸੀਂ ਆ ਕੇ ਮਿਲਣਾ ਚਾਹੁੰਦੇ ਹੋ ਤੁਸੀਂ ਇੰਸਟੀਟਿਊਟ ਵਿਜ਼ਿਟ ਵੀ ਕਰ ਸਕਦੇ ਹੋ ਆਨਲਾਈਨ ਸਟੱਡੀਜ਼ ਦੀ ਗੱਲ ਕਰਦੇ ਆ ਰਾਈਟ ਆ देन ਰੈਗੂਲਰ ਟੈਸਟ ਵੀਲ ਬੀ ਥੇਅਰ ਐਨਾਲਿਸਿਸ ਵੀਲ ਬੀ ਥੇਅਰ ਅਨਸਰ ਰਾਈਟਿੰਗ ਕਲਾਸਸ ਵੀਲ ਬੀ ਥੇਅਰ ਬਟ ਅਗੇਨ ਐਫਰਟ ਦਾ ਜਿਹੜਾ ਹੈ ਉਹ ਤਾਂ ਸਟੂਡੈਂਟ ਦਾ ਹੀ ਹੈ ਸਟੂਡੈਂਟ ਦਾ ਸਾਰਾ ਐਫਰਟ ਹੈ ਗਾਈਡੈਂਸ ਜਿਹੜੀ ਹੈ ਉਹ 20-25% ਰੋਲ ਪਲੇ ਕਰਦੀ ਹੈ ਗਾਈਡੈਂਸ ਕਿੱਥੇ ਇੰਪੋਰਟੈਂਟ ਹੁੰਦੀ ਹੈ ਵੀ ਤੁਸੀਂ ਕਿਤੇ ਗਲਤ ਪਾਸੇ ਮਿਹਨਤ ਤਾਂ ਨਹੀਂ ਕਰੀ ਜਾ ਰਹੇ ਰਾਈਟ ਨਿਊਜ਼ਪੇਪਰ ਗਲਤ ਤਰੀਕੇ ਨਾਲ ਪੜਨਾ ਸਟਾਰਟ ਕਰੋਗੇ ਤੇ 3-4 ਘੰਟੇ ਨਿਊਜ਼ਪੇਪਰ ਤੇ ਹੀ ਲੱਗ ਜਾਣਗੇ ਦਿਨ ਦੇ ਵਿੱਚ ਫਿਰ ਨੋਟਸ ਬਣਾਉਣੇ ਸਟਾਰਟ ਕਰ ਦੋਗੇ ਫਿਰ NCERT ਦੇ ਨੋਟਸ ਬਣਾਉਣੇ ਸਟਾਰਟ ਕਰ ਦੋਗੇ NCERT ਦਾ ਪਤਾ ਨਹੀਂ ਹੈ ਵੀ ਇੰਪੋਰਟੈਂਟ ਕਿਹੜੀ ਚੀਜ਼ ਹੈ ਉਹਦੇ ਵਿੱਚ ਇੰਪੋਰਟੈਂਟ ਕਿਹੜੀ ਨਹੀਂ ਹੈ ਕਿਉਂਕਿ ਆਪਾਂ ਪ੍ਰੀਵियस ইয়ার ਪੇਪਰਸ ਨਹੀਂ ਦੇਖੇ ਹੋਏ ਸੀ ਸਿਲੇਬਸ ਨਹੀਂ ਦੇਖਿਆ ਹੋਇਆ ਸੀ ਸਾਰੇ ਨੋਟਸ ਗਲਤ ਬਣ ਜਾਣਗੇ ਟਾਈਮ ਵ ਇਹੋ ਜਿਹੇ ਕੁਝ ਕਾਮਨ ਮਿਸਟੇਕਸ ਨੇ ਜਿਹੜੀਆਂ ਬੱਚੇ ਕਰਦੇ ਨੇ ரைਟ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਘੱਟ ਟਾਈਮ ਹੋ ਜਾਂਦਾ ਫਿਰ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਲਗਜ਼ਰੀ ਨਹੀਂ ਹੁੰਦੀ ਵੀ ਅਸੀਂ ਬਾਰ-ਬਾਰ ਮਿਸਟੇਕਸ ਕਰੀਏ ਇਨ that case ਗਾਈਡੈਂਸ ਬਿਕਮਸ ਇੰਪੋਰਟੈਂਟ ਠੀਕ ਹੈ ਜੀ ਸੋ ਆਈ ਹੈਵ ਆਈ ਆਈ ਹੋਪ ਦਿਸ ਵਾਸ ਅ ਵੈਰੀ ਇੰਪੋਰਟੈਂਟ ਵੀਡੀਓ ਫॉर ਯੂ ਤੁਹਾਡੀ ਪ੍ਰੈਪਰੇਸ਼ਨ ਦੇ ਵਿੱਚ ਤੁਹਾਡੀ ਡ੍ਰੀਮ ਦੇ ਵਿੱਚ ਕੁਝ ਨਾ ਕੁਝ ਹੈਲਪ ਜ਼ਰੂਰ ਕਰੇਗੀ ਪ੍ਰੈਪਰੇਸ਼ਨ ਸਟਾਰਟ ਕਦੋਂ ਕਰਨੀ ਬੜਾ ਸਿੰਪਲ ਜਿਹਾ ਆਨਸਰ ਹੈ ਇਹ ਇਹ ਗੱਲ ਪੁੱਛਣ ਲਾਇਕ ਹੈ ਵੀ ਜੀ ਰੇਸ ਲੱਗਣੀ ਹੈ ਅੱਜ रेस स्टार्ट ਕਰਨ ਦੀ ਗੋਲੀ ਵੱਚੂਕੀ ਹੈ ਵੀ ਭੱਜ ਲੋ ਰੈਡੀ ਸਟੈਡੀ ਗੋ ਹੋ ਚੁੱਕਾ ਹੈ ਐਂ ਹੁਣ ਕੋਈ ਉੱਥੇ ਖੜਾ ਹੋ ਕੇ ਪੁੱਛ ਰਿਹਾ ਕਿ ਜੀ ਮੈਂ ਕਦੋਂ ਕਦੋਂ ਭਜਣਾ ਹੈ ਰਾਈਟ ਤੁਹਾਡਾ ਕੰਪੀਟੀਸ਼ਨ ਭੱਜ ਗਿਆ ਹੋਇਆ ਸੋ ਤੁਸੀਂ ਕਦੋਂ ਭਜਣਾ ਹੈ ਜੇ ਹੁਣ ਨਹੀਂ ਭਜੇ ਤੇ ਭੱਜ ਲੋ ਰਾਈਟ ਬਿਕੋਜ਼ ਕੰਪੀਟੀਟਿਵ ਐਗਜ਼ਾਮ ਇਜ਼ ਅ ਰੇਸ ਤੁਹਾਡੇ ਤੋਂ ਅੱਗੇ ਕੌਣ ਹੈ ਉਹ ਕਟਆਫ ਤਾਂ ਉੱਪਰ ਹੋਏਗਾ ਤੁਸੀਂ ਕਟਆਫ ਤੋਂ ਉੱਪਰ ਹੈਗੇ ਹੋ ਜਾਂ ਨਹੀਂ ਇਹ ਤੁਹਾਡੀ ਪ੍ਰੈਪਰੇਸ਼ਨ ਤੁਹਾਡੇ ਜ਼ੋਰ ਐਂਡ ਤੁਸੀਂ ਕਦੋਂ ਭਜਣਾ ਸਟਾਰਟ ਕੀਤਾ ਸੀ ਇਸ ਰੇਸ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਠੀਕ ਹੈ ਜੀ ਸੋ ਬੜੀ ਲੌਜੀਕਲ ਜੀ ਗੱਲ ਹੈ ਆਈ ਹੋਪ ਤੁਸੀਂ ਵੀ ਸਮਝਦੇ ਹੋ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਵੀ ਤਿਆਰੀ ਆਪਾਂ ਸਟਾਰਟ ਕਿਦਾਂ ਕਰੀਏ ਇਹ ਪਿਛਲੇ ਐਗਜ਼ਾਮਸ ਦਾ ਐਨਾਲਿਸਿਸ ਹੈ ਜੀ 2018 ਤੇ 2015 ਨੂੰ ਜੇ ਤੁਸੀਂ ਦੇਖੋ ਬਿਕਾਜ਼ 2020 ਤਾਂ ਇੱਕ ਪੈਂਡੈਮਿਕ ਵਾਲਾ ਟਾਈਮ ਸੀ ਨਾਟ ਵੈਰੀ ਨਾਰਮਲ ਟਾਈਮ ਸੋ ਜਿਹੜਾ ਨੋਟੀਫਿਕੇਸ਼ਨ ਹੈ ਤੇ ਜਿਹੜਾ ਐਗਜ਼ਾਮ ਦੀ ਡੇਟ ਹੈ ਤੇ ਜਦੋਂ ਐਗਜ਼ਾਮ ਹੋਇਆ ਉਹਦੇ ਵਿੱਚ ਡਿਫਰੈਂਸ ਦੇਖ ਰਹੇ ਹੋ ਤੁਸੀਂ 2 ਮਹੀਨੇ 2.5 ਮਹੀਨੇ that's it right maximum 10 ਮਹੀਨੇ ਮਿਲ ਜਾਣਗੇ ਤੁਹਾਨੂੰ ਉਸ ਤੋਂ ਜ਼ਿਆਦਾ ਤੁਹਾਨੂੰ ਟਾਈਮ ਨਹੀਂ ਮਿਲਣਾ ਸੋ ਜੇ 3 ਮਹੀਨੇ ਆਚ ਲੱਗਦਾ ਹੈ ਕਿ ਤੁਸੀਂ ਤਿਆਰੀ ਫੇਰ ਵੀ ਕਰ ਲੋਗੇ ਯੂ ਆਰ ਵੈਰੀ ਬ੍ਰਾਈਟ ਕਿਡ ਫੇਰ ਤੁਸੀਂ ਵੇਟ ਕਰੋ ਆਰਾਮ ਨਾਲ ਵੇਟ ਫॉर द ਨੋਟੀਫਿਕੇਸ਼ਨ ਨੋਟੀਫਿਕੇਸ਼ਨ ਆ ਜਾਏਗੀ ਫਿਰ ਦੇਖਾਂਗੇ 15 ਦਿਨ ਫਿਰ ਲਾਵਾਂਗੇ ਅਪਲਾਈ ਕਰਨਾ ਹੈ ਕਿ ਨਹੀਂ ਕਰਨਾ ਆਸ-ਪਾਸ ਆਂਢੀ ਗੁਆਂਢੀ ਮਹੱਲੇ ਰਿਸ਼ਤੇਦਾਰ ਸਾਰਿਆਂ ਨੂੰ ਫੋਨ ਕਰਕੇ ਪੁੱਛਾਂਗੇ ਹੈਨਾ ਫਿਰ ਜੇ ਮੂਡ ਬਣਿਆ ਤਾਂ ਕਿਸੇ ਦਿਨ ਅਪਲਾਈ ਕਰ ਵੀ ਦਵਾਂਗੇ ਫਿਰ 15 ਦਿਨ ਹੋਰ ਲਵਾਂਗੇ ਕਿ ਹੁਣ ਕਿਤਾਬਾਂ ਲੈ ਲਈਏ ਕਿ ਨਾ ਲਈਏ ਹੈ ਕਿ ਨਹੀਂ ਸੋ ਆਈ ਐਮ ਜਸਟ ਯੂ نو ਟ੍ਰਾਈਂਗ ਟੂ ਪੁੱਟ ਦਿਸ ਇਨ ਯੋਰ ਬ੍ਰੇਨ ਕਿ ਯੋਰ ਕੰਪੀਟੀਸ਼ਨ ਸਮਬਡੀ ਇਜ਼ ਗੋਇੰਗ ਟੂ ਸਟਾਰਟ ਇਫ ਨਾਟ ਯੂ ਕਿਸੇ ਨੇ ਤਿਆਰੀ ਜ਼ਰੂਰ ਸਟਾਰਟ ਕਰ ਦੇਣੀ ਹੈ ਜੇ ਉਹ ਤੁਸੀਂ ਨਹੀਂ ਹੋ ਤੇ ਕੋਈ ਨਾ ਕੋਈ ਹੋਰ ਹੋਏਗਾ ਸੋ ਇਫ ਯੂ ਬਿਕਮ ਪਾਰਟ ਆਫ ਆਰ ਫੈਮਿਲੀ ਐਂਡ ਅਸੀਂ ਰਲ ਕੇ ਤੁਹਾਡਾ ਰਿਜ਼ਲਟ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ स्टूडेंट काउंसलर्स होंगे टेक्निकल टीम होएगी यू विल गेट प्लानर्स प्लानर्स मिलते हैं जी कि अगले पंद्रह दिन अगले सत्त दिन केड़ी क्लास होएगी टीचर की होएगी कदों सबजैक्ट क्लास होएगी कदों टैसट होएगा कदों करंट अफेयरस की क्लास होएगी तो क्लास किलास पेड स्टूडेंट्स वास्ते होएगी किूट्यूब होएगी ऑल दीज थिंग्स विल बी शेयर विद यू ठीक है जी ऐप यूट्यूब प्लेलिस्ट ऑनलाइन मीटिंग्स जे स्टूडेंट डिमांड ऑन डिमांड ऑफ स्टूडेंट्स होंगे जे तीन चार बच्चे कह कि जी ਸਾਨੂੰ ਡਾਊਟਸ ਆ ਰਹੇ ਨੇ ਸਬਜੈਕਟ ਦੇ ਵਿੱਚ ਵੀ ਵਿਲ ਹੈਵ ਅ ਮੀਟਿੰਗ ਇਹ ਆਨਲਾਈਨ ਬੱਚਿਆਂ ਵਾਸਤੇ ਆਫਲਾਈਨ ਨੇ ਤਾਂ ਇੱਥੇ ਬੈਠੇ ਰਹਿਣਾ ਇਸੀ ਕਲਾਸ ਦੇ ਵਿੱਚ ਠੀਕ ਹੈ ਜੀ ਸੋ ਦੈਟ ਵਾਸ 올 ਆਈ ਹੋਪ ਇਹ ਨੰਬਰਸ ਤੁਸੀਂ ਕਾਲ ਕਰ ਸਕਦੇ ਹੋ ਆਈ ਹੋਪ ਇਹ ਵੀਡੀਓ ਤੁਹਾਡੇ ਵਾਸਤੇ ਹੈਲਪਫੁਲ ਸੀ ਇਹ ਨੰਬਰਸ ਆ ਸਕਰੀਨ ਸ਼ਾਟ ਲੈ ਲਓ ਇੱਥੇ ਕਾਲ ਕਰਕੇ ਪੰਜਾਬ ਸਿਵਲ ਸਰਵਿਸਿਜ਼ ਬਾਰੇ ਪੁੱਛਣਾ ਚਾਹੋ ਤੇ ਯੂ ਕੈਨ ਆਸਕ ਪੰਜਾਬ ਸਿਵਲ ਸਰਵਿਸਿਜ਼ ਦੇ ਬੈਚਸ ਵਿੱਚ ਇਹ ਸਾਰਾ ਕੁਝ ਕਵਰ ਹੋਏਗਾ ਕੀ ਕਵਰ ਹੋਏਗਾ ਸਾਰਾ ਸਿਲੇਬਸ ਕਵਰ ਹੋਏਗਾ ਆਫਲਾਈਨ ਲੁਧਿਆਣਾ ਵਿੱਚ ரைਟ ਕਲੋਸ ਟੂ ਯੂ ਜਿੱਥੇ ਵੀ ਤੁਸੀਂ ਰਹਿੰਦੇ ਹੋ ਵਿੱਚ ਘਰ ਲੁਧਿਆਣਾ ਪੈਂਦਾ ਹਾਈਬ੍ਰਿਡ ਆਨਲਾਈਨ ਮੋਡ ਸੋ ਜਿਹੜਾ ਬੱਚਾ ਆਫਲਾਈਨ ਹੈ ਉਹ ਆਨਲਾਈਨ ਵੀ ਲਗਾ ਸਕਦਾ ਹੈ ਆਨਲਾਈਨ ਜਿਹੜੀਆਂ ਕਲਾਸਿਸ ਨੇ ਉਹ ਰਿਕਾਰਡਡ ਨਹੀਂ ਹੁੰਦੀਆਂ ਉਹ ਲਾਈਵ ਹੁੰਦੀਆਂ ਜੇ ਤੁਸੀਂ ਟਾਈਮਲੀ ਸਟਾਰਟ ਕਰੋ ਪਹਿਲੇ ਉਹ ਲਾਈਵ ਹੋਣ ਗਿਆ ਜੇ ਤੁਸੀਂ ਮਿਸ ਕਰ ਦਿੰਦੇ ਹੋ ਜਾਂ ਆਫਲਾਈਨ ਨਹੀਂ ਆ 파 ਰਹੇ ਕਿਸੇ ਦਿਨ ਤੇ ਉਹ ਸਾਡੀ ਐਪ ਦੇ ਉੱਤੇ ਬਾਅਦ ਤੁਹਾਨੂੰ ਰਿਕਾਰਡਡ ਫਾਰਮੈਟ ਦੇ ਵਿੱਚ ਵੀ ਕਲਾਸਿਸ ਮਿਲ ਜਾਂਦੀਆਂ ਨੇ ਕਰੰਟ ਅਫੇਅਰਸ ਕਵਰ ਹੋਣਗੇ ਟੈਸਟ ਸੀਰੀਜ਼ ਨਾਟ ਓਨਲੀ ਫॉर ਪ੍ਰੀਲਿਮਸ ਬਟ ਆਲਸੋ ਮੇਨਸ ਜਿਹੜਾ ਇੱਕ ਬਹੁਤ ਇਗਨੋਰਡ ਸੈਕਸ਼ਨ ਹੈ राइट बिकॉज असी पेपर क्लियर करना है प्रिलिम्स नहीं क्लियर करना प्रिलिम्स क्लियर करना इज़ नो अचीवमेंट आंसर राइटिंग ऐसे राइटिंग होएगी एंड स्टैंडर्ड बुक्स एंड लॉन्च पैड दी बुकलेट्स ये सारा कुछ सो एवरी थिंग दैट यू नीड टू क्रैक पी सी एस राइट फिर एस डी एम लगना या डी एस पी वो थोड़ी मेहनत है भी कि रैक लैके आए सज अ वैबसाइट यहोजी होर की वीडियो भीडियो सुनना चाहते हो साडे कमेंट लिख सकते हो एंड विल ब्रिंग दैट वैल्यू एडिशन कंटेंट